ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਵਿੰਦਰ ਸਿੰਘ ਭੱਟੀਆਂ, ਮੈਂ ਕਹਿੰਦਾ ਪੰਜਾਬ ਰੇਡੀਓ ਬਹਿਰੀਨ ਤੋਂ। ਜਿਵੇਂ ਆਪ ਸਾਰੇ ਜਾਣਦੇ ਹੋ ਕਿ ਬਹਿਰੀਨ ਗੌਰਮੈਂਟ 8 ਤਰੀਕ ਤੋਂ ਬਾਅਦ ਇੱਕ ਰੂਲ ਚੇਂਜ ਕਰਨ ਜਾ ਰਹੀ ਆ ਟ੍ਰੈਫਿਕ ਸਿਗਨਲ ਦਾ, ਉਹਦੀ ਟ੍ਰੇਨਿੰਗ ਦੇ ਵਿੱਚ ਮੈਂ ਆਇਆ ਸੀ। ਸੋ ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ ਕਿ ਪਹਿਲੇ ਗ੍ਰੀਨ ਤੋਂ ਬਾਅਦ ਜੈਲੋ ਹੁੰਦਾ ਸੀ, ਹੁਣ ਇਹ ਸਿਗਨਲ ਜੈਲੋ ਹੋਣ ਤੋਂ ਪਹਿਲੇ 3 ਸਕਿੰਟ ਦੇ ਲਈ ਇਹਦਾ ਬਲਿੰਕ ਕਰੇਗਾ। ਸੋ ਆਪ ਸਾਰੇ ਡਰਾਈਵਰ ਭਾਈਆਂ ਨੂੰ ਅਲਰਟ ਹੋ ਜਾਏਗਾ ਕਿ ਸਿਗਨਲ ਗ੍ਰੀਨ ਤੋਂ ਜੈਲੋ ਹੋਣ ਵਾਲਾ ਅਤੇ ਤੁਸੀਂ ਬ੍ਰੇਕ ਲਾਉਣੀ ਹੈ। ਪਹਿਲੇ ਕੀ ਹੁੰਦਾ ਸੀ ਕਿ ਗ੍ਰੀਨ ਸਿਗਨਲ ਤੋਂ ਜਦੋਂ ਜੈਲੋ ਹੁੰਦਾ ਸੀ ਤਾਂ ਪਤਾ ਨਹੀਂ ਲੱਗਦਾ ਸੀ, ਕਈ ਵਾਰ ਰੈੱਡ ਸਿਗਨਲ ਦੇ ਵਿੱਚ ਕ੍ਰੋਸ ਕਰਨਾ ਪੈ ਜਾਂਦਾ ਸੀ ਜਾਂ ਐਮਰਜੈਂਸੀ ਬ੍ਰੇਕ ਮਾਰ ਕੇ ਐਕਸੀਡੈਂਟ ਹੁੰਦੇ ਸੀ। ਸੋ ਇਹ ਐਕਸੀਡੈਂਟ ਅਤੇ ਕੈਮਰਾ ਕ੍ਰੋਸਿੰਗ ਨੂੰ ਰੋਕਣ ਦੇ ਲਈ ਬਹਿਰੀਨ ਗੌਰਮੈਂਟ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ। ਸੋ ਆਪ ਸਾਰਿਆਂ ਦੇ ਲਈ ਜਨਹਿਤ ਵਿੱਚ ਜਾਰੀ ਕਰ ਰਿਹਾ ਹਾਂ। ਆਪ ਸਾਰੇ ਇਸ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 3 ਸੈਕਿੰਡ ਦੇ ਲਈ ਇਹ ਸਿਗਨਲ ਗ੍ਰੀਨ ਬਲਿੰਕ ਹੁੰਦਾ ਹੈ। ਆਪ ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।